ਇਹ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਗੱਲ ਉਹ ਨਹੀਂ ਆ ਗੱਲ ਤੇ ਇੰਨੀ ਕੀ ਆ ਸਿਰਫ ਕਿ ਜਿਹੜਾ ਤੀਜੇ ਨੰਬਰ ਤੇ ਕੋਈ ਬੰਦਾ ਇੱਥੋਂ ਆਇਆ ਉਹ ਕਹਿੰਦਾ ਵੀ ਤੂੰ ਪਾੜੇ ਨੂੰ ਹਾਰ ਪਾਇਆ ਗੱਡੀ ਰੋਕ ਕੇ ਢੋਲ ਵਜਾਇਆ ਤੇ ਤੰਨੂੰ ਨੀ ਮਾ ਛੜਨਾ ਮੈਂ ਤੇ ਹਾਰਿਆ ਹੀ ਤੇਰੇ ਕਰਕੇ ਤੇ ਅੱਜ ਇਹ ਕੱਲਾ ਇੱਕ ਖੋਖਾ ਆ ਮਗਰ ਮਾਰੂ ਹਜਾਤੀ ਅੱਜ ਭਜਦਾ ਐਡਾ ਮੋਟਾ ਲੱਗਾ ਅੱਜ ਭਜਦੇ ਲੱਗੇ ਇਹਦੇ ਪਿੱਛੇ ਜਾ ਕੇ ਜਿਉਂਨੇ ਖੋਖਾ ਲਾ ਲਿਆ ਤੇ ਕੀ ਆ ਇਸ ਬੰਦੇ ਦੇ ਕਿਹੜਾ ਗੁਨਾਹ ਕਰਤਾ ਗੁਨਾਹ ਹੈ ਆ ਕਿ ਬਰਿੰਦਰ ਮੀਤ ਸਿੰਘ ਪਾੜੇ ਨੂੰ ਜਿਹੜੀ ਇਨੇ ਵੋਟ ਪਾਰਤੀ ਤੇ 17 ਸਾਲਾਂ ਤੋਂ ਇੱਥੇ ਲੱਗਾ ਹੋਕਾ ਜਿੰਨੇ ਮਰਜੀ ਆ ਰ ਇੱਥੇ ਆ ਜਣ ਮੈਂ ਇਹਦੇ ਨਾਲ ਧੱਕਾ ਨਹੀਂ ਹੁੰਦਣਾ ਜਿਹੜੇ ਆਪ ਦਾ ਮੋਢਾ ਵਰਤਨ ਦੇ ਆ ਤੇ ਜੇ ਪੋਲੀਟਿਕਲ ਵੈਂਡਟਾ ਮੈਨੂੰ ਸਿਖਾਉਣ ਦੇ ਆ ਤੇ ਮੈਂ ਇਹੋ ਜੀ ਯਾਚ ਇਹਨਾਂ ਨੂੰ ਸਿਖਾਵਾਂਗਾ ਕਾਂ ਪੀੜੀਆਂ ਨੂੰ ਕਹਿ ਜਣਗੇ ਵੀ ਪੋਲੀਟਿਕਲ ਵੈਂਡਟਾ ਨਹੀਂ ਕਰਨਾ ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਖਾਮ ਬੰਦੇ ਨਾ ਧੱਕਾ ਹੋਰ ਇਹਦੇ ਕ ਐਮ ਐਲ ਏ ਨੂੰ ਮੌਜੂਦਾ ਐਮ ਐਲ ਏ ਸਰਕਾਰ ਚ ਨਹੀਂ ਤੇ ਪਰ ਮੈਨੂੰ ਲੋਕਾਂ ਨੇ ਵਿਧਾਨ ਸਭਾ ਚ ਭੇਜਿਆ ਤੇ ਮੈਨੂੰ ਅੱਜ ਇੱਥੇ ਸੜਕ ਦੇ ਉੱਤੇ ਢਾਬੇ ਦੇ ਸਾਹਮਣੇ ਬੈਠਣਾ ਪਿਆ ਪੂਰੀ ਔਰ ਇੱਕ ਉਸ ਬੰਦੇ ਕਰਕੇ ਜਿਹਦਾ ਵਿਚਾਰੇ ਦਾ ਜਿਹੜਾ ਮਿਹਨਤ ਕਰਕੇ ਰੋਟੀ ਖਾਂਦਾ ਕੋਈ ਕਹਿ ਦਿੰਦਾ ਜੀ ਇਹ ਆ ਜੀ ਫਲਾਣਾ ਇਹਦਾ ਤੇ ਇਹਦੇ ਤੇ ਮਹਿਲ ਖੜੇ ਨੇ ਇਹਦੇ ਉਹ ਭਾਈ ਸਾਹਿਬ ਗਰੀਬ ਬੰਦੇ ਦਾ ਜਿਹੜਾ ਨਾ ਮਿਹਨਤ ਜਦੋਂ ਸਵੇਰੇ 3 ਵਜੇ ਉੱਠ ਕੇ ਤੇ ਉਹ ਆਪਦੀ ਕਿਰਤ ਕਰਦੇ ਨੇ ਸਾਰਾ ਟੱਬਰ ਲੱਗੇ ਹੁੰਦੇ ਆ ਤੇ ਜੇ ਕੋਈ ਮਿਹਨਤ ਕਰਕੇ ਬੰਦਾ ਆਪਣੀ ਰੋਟੀ ਖਾਂਦਾ ਗੱਲ ਉਹ ਨਹੀਂ ਆ ਗੱਲ ਤੇ ਇੰਨੀ ਕੀ ਆ ਸਿਰਫ ਕਿ ਜਿਹੜਾ ਤੀਜੇ ਨੰਬਰ ਤੇ ਕੋਈ ਬੰਦਾ ਇੱਥੋਂ ਆਇਆ ਉਹ ਕਹਿੰਦਾ ਵੀ ਤੂੰ ਪਾੜੇ ਨੂੰ ਹਾਰ ਪਾਇਆ ਗੱਡੀ ਰੋਕ ਕੇ ਢੋਲ ਵਜਾਇਆ ਤੇ ਤਨੂੰ ਨੀ ਮਾ ਛੜਨਾ ਮੈਂ ਤੇ ਹਾਰਿਆ ਹੀ ਤੇਰੇ ਕਰਕੇ ਆ ਜਾਂ ਤੇ ਉਹ ਕੋਈ ਜਿਹੜੀ ਫਿਗਰ ਆਈ ਆ ਉਹ ਇਹ ਆ ਵੀ 3-400 ਨਾਲ ਤੂੰ ਹਾਰਿਆ ਤੇ ਤਨੂੰ ਜਲਵੇ ਨਹੀਂ ਹਰਾਤਾ ਭਾਈ ਸਾਹਿਬ 15000 ਨਾਲ ਹਾਰੇ ਹੋ ਤੁਸੀਂ ਸੋ ਇਸ ਕਰਕੇ ਇਹ ਇਹ ਕਹਿਣਾ ਕਿ ਜੀ ਮੈਂ ਤੇ ਇਹਦਾ ਹੀ ਟਾਉਂਗਾ ਮੈਂ ਕਹਿਣਾ ਕਿ ਯਾਰ ਟਾਓ ਪਰ ਡੀ ਐਫਓ ਜੰਗਲਾਤ ਵਾਲਿਆਂ ਨੂੰ ਮੈਂ ਕਹਾਂਗਾ ਆਪਦੇ ਦਫਤਰ ਤੋਂ ਬਾਹਰੋ ਸ਼ੁਰੂ ਹੋਵੋ ਸਾਰੇ ਸ਼ਹਿਰ ਨਹੀਂ ਸਾਰੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਵਿੱਚ ਲੋਕ ਰੋਜੀ ਰੋਟੀ ਕਮਾਉਂਦੇ ਆ ਛੱਡਾਂ ਦੇ ਸੜਕਾਂ ਦੇ ਉੱਤੇ ਲਾ ਕੇ ਖੋਖੇ ਤੇ ਅੱਜ ਇਹ ਕੱਲਾ ਇੱਕ ਖੋਖਾ ਆ ਮਗਰ ਮਾਰੂ ਹਾਂ ਜਾਤੀ ਅੱਜ ਭਜਦਾ ਐਡਾ ਮੋਟਾ ਲੱਗਾ ਅੱਜ ਭਜਦੇ ਲੱਗੇ ਇਹਦੇ ਪਿੱਛੇ ਜਾ ਕੇ ਜੀ ਉਹਨੇ ਖੋਖਾ ਲਾ ਲਿਆ ਤੇ ਕੀ ਆ ਇਸ ਬੰਦੇ ਦੇ ਕਿਹੜਾ ਗੁਨਾਹ ਕਰਤਾ ਗੁਨਾਹ ਆਏ ਆ ਕਿ ਬਰਿੰਦਰ ਮੀਤ ਸਾਹਿਬ ਪਾੜੇ ਨੂੰ ਜਿਹੜੀ ਇਹਨੇ ਵੋਟ ਪਾਤੀ ਤੇ 17 ਸਾਲਾਂ ਤੋਂ ਇੱਥੇ ਲੱਗਾ ਖੋਖਾ ਮੈਂ ਫੇਰ ਇਸ ਦੀ ਵਕਾਲਤ ਨਹੀਂ ਕਰਦਾ ਕਿ 17 ਸਾਲ ਦਾ ਲੱਗਾ ਤੇ ਲੱਗਾ ਰਹਿਣ ਦੋ ਮੈਂ ਕਹਿੰਦਾ ਚੁੱਕ ਦਿਓ ਪਰ ਉਧਰੋਂ ਸ਼ੁਰੂ ਹੋਵੋ ਡੀਐਫਓ ਸਾਹਿਬ ਆਪਣੇ ਦਫ਼ਤਰ ਤੋਂ ਸ਼ੁਰੂ ਹੋਣ ਤੇ ਉੱਥੋਂ ਰੋਡ ਵਾਈਜ਼ ਮੈਂ ਆਰਟੀਏ ਵੀ ਪਾਵਾਂਗਾ ਹੁੰਦੀ ਐਫਓ ਨੂੰ ਵੀ ਮੈਨੂੰ ਦੱਸਿਆ ਜਾਵੇ ਵੀ ਇੱਥੇ ਜਿਹੜੇ ਤੁਹਾਡੇ ਸ਼ਹਿਰ ਦੇ ਵਿੱਚ ਗੁਰਦਾਸਪੁਰ ਚ ਕਿੰਨੇ ਖੋਕੇ ਤੁਹਾਡੇ ਜੰਗਲਾਤ ਦੇ ਵਿੱਚ ਨੇ ਤੇ ਕਿੰਨੇ ਤੁਸੀਂ ਜਿਹੜੇ ਚਕਾਇਆ ਚਕਾ ਰਹੇ ਉਹ ਤੇ ਕਿੰਨੇ ਚਕਾਓਗੇ ਤੇ ਜੇ ਨਹੀਂ ਕੋਈ ਹੈਗੇ ਤੇ ਜੇ ਕੱਲਾ ਜਾਈਆ ਤੇ ਮੈਨੂੰ ਲਿਖਤੀ ਦੇ ਦੇਣ ਵੀ ਇਹ ਕੱਲਾ ਹੀ ਹੈ ਇਸ ਕਰਕੇ ਲੋਕ ਇਹਨਾਂ ਦੇ ਖਿਲਾਫ ਲੋਕ ਉਤਰੇ ਹੀ ਉਹ ਤੇ ਮੈਂ ਹੁਣ ਮੈਂ ਕੀ ਨਾਮ ਲਵਾਂ ਸਵੇਰੇ ਸਵੇਰੇ ਜਿਹੜਾ ਇੱਕ ਅੱਦੇ ਚੈਨਲ ਵਾਲਾ ਉਹ ਪਰਲੇ ਬੰਨਿਓ ਲਿਆ ਕੇ ਜਿਹੜਾ ਐਮਸੀ ਦੀ ਇਲੈਕਸ਼ਨ ਆ ਰਿਆ ਸੀਗਾ ਉਹ ਆਇਆ ਸੀ ਤੇ ਖੋਖਰ ਪਿੰਡ ਦੇ ਬੰਦੇ ਆਏ ਇੱਥੇ ਟਾਂਕ ਕੇ ਉਹ ਜਿੰਨੇ ਮਰਜੀ ਆ ਰ ਇੱਥੇ ਆ ਜਣ ਮੈਂ ਇਹਦੇ ਨਾਲ ਧੱਕਾ ਨਹੀਂ ਹੋਣ ਦੇਣਾ ਜਿਹੜੇ ਉਹ ਵਿੱਚ ਆਏ ਆ ਨਾ ਜਿਹੜੇ ਆਪ ਦਾ ਮੋਢਾ ਵਰਤਣ ਦੇ ਆ ਤੇ ਜੇ ਪੋਲੀਟੀਕਲ ਵੈਂਡਟਾ ਮੈਨੂੰ ਸਿਕਾਉਣ ਦੇ ਆ ਤੇ ਮੈਂ ਇਹੋ ਜੀ ਯਾਚ ਇਹਨਾਂ ਨੂੰ ਸਿਖਾਵਾਂਗਾ ਗਾਂ ਪੀੜੀਆਂ ਨੂੰ ਕਹਿ ਜਣਗੇ ਵੀ ਪੋਲੀਟੀਕਲ ਵੈਂਡਟਾ ਨਹੀਂ ਕਰਨਾ ਤੇ ਇਹ ਗੱਲ ਭਲੇਖੇ ਕੱਢ ਦੇਣ ਜਿਹੜੇ ਅੱਜ ਕੈਮਰੇ ਗਾੜੀ ਆਣ ਕੇ ਤੇ ਇੱਕ ਗਰੀਬ ਬੰਦੇ ਤੇ ਕਲਾਬ ਕੜੇ ਹੋਣ ਦੇ ਆ ਇੱਥੇ ਇੱਕ ਸੜਕ ਨੂੰ ਕੋਈ ਇੱਕ ਸੜਕ ਦਾ ਨਾਮ ਲੈ ਦੇਣ ਜਿੱਥੇ ਕਹਿ ਦੇਣ ਵੀ ਜੀ ਇੱਥੇ ਕੋਖਿਆ ਨਹੀਂ ਇਹ ਕੱਲੇ ਦਾ ਹੀ ਆ ਉਹ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਜਿਹੜੀਆਂ ਨਾ ਉਹਨਾਂ ਦੇ ਦਸਾਂ ਟਾਈਮ ਆਊਗਾ ਤੇ ਇਹਨਾਂ ਕੱਲੇ-ਕੱਲੇ ਦੇ ਫੋਟੋਆਂ ਹਰ ਕਾ ਜੇਬ 'ਚ ਹੀ ਪਾਉਣ ਡਿਆ ਮੈਂ ਵੀ ਇਹਨਾਂ ਜੱਸ ਸਰਕਾਰੇ ਆ ਮੈਨੂੰ 5 ਸਾਲ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਜਿਹੜਾ ਬੰਦਾ ਹੁਣ ਆਪ ਦਾ ਮੋਢਾ ਦੇ ਰਿਹਾ ਚਾਹੇ ਉਹ ਕਿਸੇ ਮੇਰੇ ਪਿੰਡ 'ਚ ਸਰਪੰਚ ਨੂੰ ਚਾਹੇ ਕਿ ਮੈਂਬਰ ਪਚਾਇਨ ਨੂੰ ਤੰਗ ਕਰ ਰਿਹਾ ਮੈਂ ਇੰਨੀ ਗੱਲ ਦੱਸ ਦਿੰਨਾ ਅੱਜ ਇੱਥੇ ਕਰਾ ਚੁੱਤਾ ਨਾ ਮੈਂ ਚੈਲੰਜ ਕਰਦਾ ਐਸੋ ਜੀ ਬਾਜੀ ਮੋੜਾਂਗਾ ਇਹੋ ਜੀ ਬਾਜੀ ਮ ਯਾਦ ਰੱਖੇਗਾ ਇਹ ਲੀਡਰ ਔਰ ਮੈਂ ਇਹ ਵਰਕਰ ਨੂੰ ਤੰਗ ਨਹੀਂ ਕਰਾਂਗਾ ਫੇਰ ਕਹਿਣਾ ਹੱਥ ਪਾਉਂਗਾ ਬਰਾਬਰ ਦੇ ਨੂੰ ਪਾਵਾਂਗਾ ਯਾਨੀ ਕਿ ਇੱਕ ਜਿਹੜੀ ਇਹ ਸਥਿਤੀ ਗੁਰਦਾਸ ਗਲੇ 'ਚ ਆਵਾਜ਼ ਨਹੀਂ ਉਦੋਂ ਨਿਕਲਦੀ ਇਹਨਾਂ ਲੋਕਾਂ ਦੇ ਇਹ ਕਹਿੰਦੇ ਜਮਹੂਰੀਅਤ ਦਾ ਕਤਲ ਹੋ ਗਿਆ ਇਹ ਕੀ ਆ ਮੈਨੂੰ ਲੋਕਾਂ ਜਿੱਤਕਾ ਕੇ ਵਿਧਾਨ ਸਭਾ 'ਚ ਭੇਜਿਆ ਇਹਨਾਂ ਨੂੰ ਘਰ ਬਿਠਾਇਆ ਤੇ ਅੱਜ ਜਮਹੂਰੀਅਤ ਦਾ ਕਤਲ ਇਹ ਆਪ ਕਰ ਰਹੇ ਆ ਕਿਹੜੀ ਜਮਹੂਰੀਅਤ ਦੀਆਂ ਗੱਲਾਂ ਕਰਦੇ ਆ ਮੈਂ ਭਗਵੰਤ ਮਾਨ ਜੀ ਨੂੰ ਕਹਾਂਗਾ ਲੋਕਾਂ ਨੇ ਤੁਹਾਨੂੰ 92 ਐਮਐਲਏ ਦਿੱਤੇ ਆ ਜਿਤਾ ਕੇ ਲੋਕਾਂ ਨੇ ਬਦਲਾ ਵਾਸਤੇ ਤੁਹਾਨੂੰ ਉੱਥੇ ਵਿਧਾਨ ਸਭਾ ਚ ਭੇਜਿਆ ਬਦਲਾ ਵਾਸਤੇ ਪੰਜਾਬ ਦੀ ਵਾਕਡਰ ਫੜਾਈ ਆ ਆ ਹਾਰੇ ਹੋਏ ਤੀਜੇ ਤੀਜੇ ਨੰਬਰ ਵਾਲੇ ਜਿਹੜੇ 5 ਸਾਲ ਮਲਾਈਆਂ ਕਾਂਗਰਸ ਚ ਖਾ ਗਏ ਬਾਅਦ ਤੁਸੀਂ ਇਹਨੂੰ ਟਿਕਟ ਦੇ ਦਿੱਤੀਆਂ ਔਰ ਉਹਨਾਂ ਲੋਕਾਂ ਤੋਂ ਬਾਜੋ ਆਉਣ ਵਾਲਾ ਸਮਾਂ ਜੇ ਦੁਬਾਰਾ ਕਿਤੇ ਤੁਸੀਂ ਚੰਗੇ ਕੰਮ ਕਰੋਗੇ ਤੇ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ ਤੇ ਜੇ ਆ ਆ ਹੁਣੇ ਹੀ ਕਰਤੂਤਾਂ ਸਰਕਾਰ ਇਹ ਕਰਨ ਲੱਗੀ ਇਹਨਾਂ ਦੇ ਆ ਬੰਦੇ ਜਿਹੜੇ ਤੀਜੇ ਤੀਜੇ ਨੰਬਰ ਤੇ ਆਏ ਆ ਇਹ ਆਣ ਕੇ ਤੇ ਇਹ ਮੈਂ ਤੇ ਹੈਰਾਨ ਹਾਂ ਇਸ ਗੱਲ ਤੇ ਆ ਇੱਥੋਂ ਦੇ ਜਿਹੜੇ ਆ ਆਈਐਸ ਆਈਪੀਐਸ ਡੀਐਫਓ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ। ਔਰ ਮੈਂ ਇਹਨਾਂ ਆਫੀਸਰਸ ਨੂੰ ਕਦੇ ਗਲਤ ਕੰਮ ਨਹੀਂ ਕਿਹਾ ਕਿ ਇਹਦਾ ਮੀਟਰ ਕੱਟਣ ਲਈ ਕਿ ਇਹਦਾ ਕੋਖਾ ਚੱਕਣ ਲਈ। ਅੱਜ ਬਦਕਿਸਮਤੀ ਹੈ ਨਾ ਲੋਕ ਅਫਸਰਾਂ ਦੇ ਲੱਤਾਂ 'ਚ ਜਾਣੀਆਂ ਨਹੀਂ। ਜਿਹੜਾ ਅਫਸਰ ਇੱਥੇ ਨਹੀਂ ਉੱਥੇ ਲੱਗ ਜੂ। ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਨੇ? ਮੈਂ ਇਹਨਾਂ ਅਫਸਰਾਂ ਨੂੰ ਇਹ ਗੱਲ ਕਹਿਣਾ ਆਪਣੇ ਲੱਤਾਂ 'ਚ ਜਾਨ ਰੱਖੋ ਤੇ ਸਾਨੂੰ ਮਜਬੂਰ ਨਾ ਕਰੋ ਕਿ ਮੈਂ ਉਸ ਲੈਵਲ ਤੱਕ ਥੱਲੇ ਆਵਾਂ ਕਿ ਜਿੱਥੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਤੇ ਮੈਂ ਨਹੀਂ ਚਾਹੁੰਦਾ। ਮੈਂ ਇਹ ਚਾਹੁੰਦਾ ਕਿ ਤੁਹਾਡੀ ਸਪੋਰਟ ਕਰਾਂਗਾ। ਪਰ ਇੱਕ ਬੰਨੇ ਤੋਂ ਸ਼ੁਰੂ ਹੋਵੋ ਮੈਂ ਬਿਲਕੁਲ ਸਪੋਰਟ ਕਰਾਂਗਾ ਇਹਨਾਂ ਦੀ ਪਰ ਜੇ ਇਦਾਂ ਕਹੋ ਵੀ ਇਹਦੇ ਇਕੱਲੇ ਨੂੰ ਆਣ ਕੇ ਟਾਰਗੇਟ ਕਰਾਂਗਾ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਸਵੇਰੇ 4 ਵਜੇ ਇਹਨਾਂ ਨੇ ਢਾਉਣਾ ਜੀ 5 ਵਜੇ ਢਾਉਣਾ ਪ੍ਰੈਸ ਕਾਨਫਰੈਂਸ ਕਰਨ ਤੋਂ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ ਐਮਐਲਏ ਨਹੀਂ ਆਉਣਾ ਤੇ ਮਨੇਰੇ ਢਾ ਦਿਓ ਕਿੱਡਾ ਕੇ ਪਾਕਿਸਤਾਨੋਂ ਆਇਆ ਬੰਦਾ ਯਾਰ ਐਡਾ ਐਡਾ ਵੀ ਕੋਈ ਮੈਂ ਸਿਸਟਮ ਵੇਖਿਆ ਵੀ ਜਾ ਕੇ ਜੀ 4 ਵਜੇ ਹਮਲਾ ਕਰ ਦਿਓ ਤੇ ਇਹ ਮੈਂ ਫੇਰ ਇੱਥੇ ਰਾਤ 10 ਵਜੇ ਆ ਗਿਆ ਆਪਣੇ ਸਾਰੇ ਮੇਰੇ ਸਾਥੀ ਵਰਕਰ ਇਦਾਂ ਬੈਠੇ ਆ ਰਾਤ ਦੇ ਨਾ ਹੀ ਸੁੱਤੇ ਆ ਇਦਾਂ ਬੈਠੇ ਆ ਵਰਕਰ ਪਿੱਛੇ ਜਾਨ ਦੇ ਦੇਗਾ ਮਤ ਭਲੇਖਾ ਰੱਖੇ ਜਿਹੜੇ ਘਰਾਂ 'ਚ ਬੈਠਾ ਪਿੱਛੋਂ ਬੈ ਕੇ ਚਲਾਉਣ ਦੇ ਆ ਜਾਨ ਦੇ ਦੂ ਵਰਕਰ ਪਿੱਛੇ ਜਿੱਥੇ ਤੱਕ ਜਾਣਾ ਪਿਆ ਇਹਨਾਂ ਦੇ ਘਰਾਂ ਤੱਕ ਵੜ ਜਾਵਾਂਗਾ ਮੈਂ ਜੇ ਇਹਨਾਂ ਨੇ ਮੇਰੇ ਕਿਸੇ ਵਰਕਰ ਨੂੰ ਤੰਗ ਕੀਤਾ ਮੈਂ 15 ਦਿਨ ਤੋਂ ਇਹਨਾਂ ਦੀ ਸ਼ਕਲ ਲਵੇਖ ਰਹੀ ਆਈ ਕਿ ਕਿਸੇ ਬੰਦੇ ਨੂੰ ਤੰਗ ਨਾ ਕਰਨ ਪਰ ਜੇ ਕਿਤੇ ਇਹਨਾਂ ਨੂੰ ਭਲੇਖਾ ਮੈਂ ਕੱਢ ਦੂੰ ਛੇਤੀ